ਇਹ ਹੈ 17 ਸਾਲ ਦਾ ਏਕਮਪ੍ਰੀਤ, ਜਿਸ ਨੂੰ ਉਸਦੇ ਪਰਿਵਾਰ ਨੇ ਬਹੁਤ ਉਮੀਦਾਂ ਤੇ ਸੁਪਨਿਆਂ ਦੇ ਨਾਲ USA ਭੇਜਿਆ ਸੀ ਤਾਂ ਕਿ ਉਹ ਆਪਣੀ ਜ਼ਿੰਦਗੀ ਬਿਹਤਰ ਬਣਾ ਸਕੇ, ਨਾਲ ਹੀ ਨਾਲ ਪਰਿਵਾਰ ਵਾਲਿਆਂ ਲਈ ਵੀ ਉੱਥੋਂ ਕੁਝ ਭੇਜਦਾ ਰਵੇ। ਏਕਮਪ੍ਰੀਤ 15 ਮਹੀਨੇ ਪਹਿਲਾਂ ਹੀ USA ਗਿਆ ਸੀ। ਪਰਿਵਾਰ ਵਾਲਿਆਂ ਨੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈ ਕੇ ਲੱਖਾਂ ਰੁਪਏ ਲਗਾ ਕੇ ਏਕਮ ਨੂੰ ਵਿਦੇਸ਼ ਭੇਜਿਆ ਸੀ, ਪਰ 15 ਮਹੀਨੇ ਬਾਅਦ ਏਕਮ ਦੀ ਹੁਣ ਮੌਤ ਦੀ ਖਬਰ ਪਰਿਵਾਰ ਨੂੰ ਮਿਲੀ ਹੈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਏਕਮ ਦਾ ਵਰਕ ਪਰਮਿਟ ਵੀ ਜਲਦੀ ਆਉਣ ਵਾਲਾ ਸੀ ਤੇ ਉਹ ਕੰਮ ਕਰਨ ਲਈ ਉੱਥੇ ਲੀਗਲ ਹੋ ਜਾਂਦਾ। ਉੱਥੇ ਗਰਮੀ ਜ਼ਿਆਦਾ ਪੈ ਰਹੀ ਸੀ, ਅਜਿਹੇ 'ਚ ਉਹ ਆਪਣੇ ਦੋਸਤਾਂ ਦੇ ਨਾਲ ਝੀਲ ਦੇ ਵਿੱਚ ਨਹਾਉਣ ਲਈ ਜਾਂਦਾ ਹੈ। ਦੋ ਦੋਸਤ ਏਕਮ ਅਤੇ ਮਹਿਤਾਬ ਝੀਲ ਦੇ ਵਿੱਚ ਨਹਾ ਰਹੇ ਸੀ ਤੇ ਇੱਕ ਦੋਸਤ ਬਾਹਰ ਖੜਿਆ ਸੀ। ਉਸੇ ਸਮੇਂ ਝੀਲ ਦੇ ਵਿੱਚ ਨਹਾਉਂਦੇ ਹੋਏ ਦੋਵੇਂ ਡੁੱਬ ਜਾਂਦੇ ਨੇ। ਹਾਲਾਂਕਿ ਮਹਿਤਾਬ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤੇ ਹਸਪਤਾਲ ਵੀ ਭਰਤੀ ਕਰਵਾ ਦਿੱਤਾ ਜਾਂਦਾ ਹੈ, ਪਰ ਮਹਿਤਾਬ ਦੇ ਸਿਰ ਦੇ ਵਿੱਚ ਜ਼ਿਆਦਾ ਪਾਣੀ ਜਾਣ ਕਾਰਨ ਉਸਦੀ ਮੌਤ ਹੋ ਗਈ ਹੈ, ਜੋ ਕਰਨਾਲ ਦਾ ਹੀ ਰਹਿਣ ਵਾਲਾ ਸੀ ਤੇ ਅਤੇ ਏਕਮਪ੍ਰੀਤ ਦਾ ਦੋਸਤ ਸੀ। ਉੱਥੇ ਦੂਜੇ ਪਾਸੇ ਏਕਮ ਦਾ ਕੁਝ ਵੀ ਨਹੀਂ ਪਤਾ ਲੱਗਿਆ, ਕਿਉਂਕਿ ਉਹ ਪਾਣੀ ਦੇ ਬਹਾਵ ਦੇ ਵਿੱਚ ਝੀਲ ਦੇ ਵਿੱਚ ਡੁੱਬ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੁਣ ਏਕਮਪ੍ਰੀਤ ਦੀ ਲਾਸ਼ ਵੀ ਬਰਾਮਦ ਹੋ ਗਈ ਹੈ। ਅਤੇ ਜਿਵੇਂ ਹੀ ਇਹ ਸੂਚਨਾ ਕਰਨਾਲ ਦੇ ਚੁਰੂਨੀ ਜਗੀਰ ਪਿੰਡ ਦੇ ਵਿੱਚ ਪਹੁੰਚੀ ਤਾਂ ਏਕਮਪ੍ਰੀਤ ਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ। ਪਰਿਵਾਰ ਨੇ ਹੁਣ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪੁੱਤ ਦਾ ਰੀਤ ਰਿਵਾਜ਼ਾਂ ਨਾਲ ਅੰਤਿਮ ਸੰਸਕਾਰ ਕਰ ਸਕਣ। ਜੀ ਸੁਭਾ ਕਾਲ ਚੱਲਿਆ, ਬਹੁਤ ਮਾੜਾ ਆ ਮੇਰਾ ਤੇ ਮੈਂ ਦੇਖਣ ਨਾਲ ਕਨੌਲ ਜਾ ਕੇ ਪੂਰਾ ਘੁਮਾਇਆ ਹੋਗਾ ਬਚਪਨ ਮੇਂ ਆਪਨੇ ਉਸਕੋ। ਖੁੱਲੀ ਛੁੱਟੀ ਜਿਹੜੇ ਸਕੂਲੇ ਚੰਗਾ ਹੀ ਪੜਨਾ ਉੱਥੇ ਦਾਖਲ ਕਰਾਉਣਾ, ਜਿੱਥੇ ਵੀ ਕੋਈ ਨਹੀਂ ਛੱਡੀ ਉਹਦੀ ਵੀ ਕਮੀ ਵੀ ਕੱਲ੍ਹ ਨੂੰ ਕਹੇ ਨਾ ਕਹੇ ਵੀ ਮੇਰੇ ਪੋਤੇ ਨੂੰ ਕੋਈ ਚੀਜ਼ ਆ ਨਹੀਂ ਮਿਲੀ। ਹਾਂਜੀ ਅਸੀਂ ਆਪਣੇ ਲੋਕ ਨੇ ਪੜ੍ਹਾਈ ਵੱਲੋਂ ਨਹੀਂ ਉਹਦੀ ਕਸਰ ਛੱਡੀ, ਕਿਸੇ ਗੱਲੋਂ ਨਹੀਂ ਉਹਨੂੰ ਆਉਣ ਦਿੱਤਾ। ਫਿਰ ਕਹਿਣ ਲੱਗਾ ਪਾਪਾ ਬਾਹਰ ਜਾਣਾ, ਮੈਂ ਕਿਹਾ ਜੇ ਮੈਂ ਰੱਖਾਂ ਬਾਪ ਵੀ ਮਾੜੀ ਗੱਲ ਦੇ ਅਤੇ ਬਾਹਰ ਭੇਜਤਾ। ਬਾਹਰ ਵੀ ਉਹਦੇ ਜਿੰਨੀ ਖਵਾਇਸ਼ ਕੀਤੀ ਸਾਰੀ ਤੋਂ ਮੈਂ ਜੋ ਦਾ ਪਟਾ ਦਿੱਤਾ, ਤੂੰ ਹੁਣ ਰੱਬ ਦਾ ਜੋ ਮਨਜ਼ੂਰ ਹੈ। ਬਾਤ ਹੋ ਰਹੀ ਥੀ ਆਪਕੀ? ਹਾਂਜੀ ਬਾਤ ਹੋਤੀ ਥੀ ਆਪਕੀ? ਯਾਰ ਕਰੇ ਪੱਕੇ ਹੋਣ ਦੀ ਬਾਤ ਹੋਣੀ ਕਹਿੰਦਾ ਪਾਪਾ ਤੇ ਫਿਕਰ ਨਾ ਕਰ ਮੈਂ ਫਿਰ ਪੱਕਾ ਹੋ ਜਾਵਾਂਗਾ। ਰੱਬ ਵੱਲੋਂ ਪੱਕਾ ਹੀ ਹੋ ਗਿਆ ਉੱਥੇ ਮਹੀਨੇ ਨਾਲ ਸਾਡੇ ਤੇ ਖਰੇ ਰੱਬ ਖਵਾਉਂਦਾ ਸੀ ਮੇਰੇ ਕਮੂਹ ਤੋਂ ਮਾਹੀ ਤਾਂ ਨਹੀਂ ਕੋਈ। ਸਰਕਾਰ ਸੇ ਕਿਆ ਅਪੀਲ ਕਰਨਾ ਚਾਹੀਦਾ? ਸਰਕਾਰ ਤੇ ਇਹ ਅਪੀਲ ਕਰਨੀ ਚਾਹੀਦੀ ਜੀ ਵੀ ਜੇ ਕਿਸੇ ਤੋਂ ਸਾਡੀ ਡੱਡ ਬੁੱਢੀ ਨੂੰ ਪਹੁੰਚ ਜਾਏ ਅਸੀਂ ਆਪਣੇ ਹੱਥ ਨਾਲ ਸ਼ਿਕਾਰ ਕਰ ਲਈਏ ਲਾਸਟ। ਹਾਂਜੀ ਹੋਰ ਅਸੀਂ ਕੀ ਕਰ ਸਕਦੇ ਹਾਂ? ਕਿਸਾਨਾਂ ਨੂੰ ਸਾਡੀ ਇਹ ਹੀ ਹੈ ਵੀ ਕਿਸ ਤਰ੍ਹਾਂ ਸਾਨੂੰ ਜੇ ਸਰਕਾਰ ਹੀ ਜੋ ਕੋਸ਼ਿਸ਼ ਕਰਕੇ ਸਾਨੂੰ ਲਿਆ ਰਹੇ। ਇਹ ਇੱਕ ਕਿਆ ਪਤਾ ਚੱਲ ਦਾਦਾ ਜੀ ਕਿਤਨੇ ਮਹੀਨੇ ਪਹਿਲੇ ਗਏ ਥਾ? ਅਭੀ 14 ਮਹੀਨੇ ਹੋ। ਜੀ ਅਭੀ ਸਟੱਡੀ ਕਰ ਰਹਾ ਥਾ। ਜੈਸੇ ਬੱਚੇ ਵਹਾਂ ਇਕੱਠੇ ਹੋ ਕੇ ਨਹਾਨੇ ਚਲੇ ਜਾਤੇ ਹੈ, ਚਲੋ ਆਜ ਚਲੇ ਜਾਏਂਗੇ ਘੁੰਮਨੇ ਕਿੱਥੇ ਜਾਏਗਾ, ਉਹ ਘੁੰਮਨੇ ਫਿਰਨੇ ਗਿਆ। ਪਰ ਵਹੀਂ ਫਿਰ ਇਹ ਪਤਾ ਲੱਗਾ ਕਿ ਉਸ ਨਹਿਰ ਮੇ ਆਪਣੇ ਕੋਲ ਗਏ ਹੈ, ਔਰ ਦੂਸਰਾ ਜੋ ਜੁਰਮਾਨੇ ਵਾਲਾ ਥਾ ਉਸਨੇ ਵੀ ਉਸਕੋ ਬਚਾਨੇ ਕੇ ਲਈ ਉਸਕੋ ਨਹੀਂ ਟੂਟ ਲਿਆ ਉਸ ਟਾਈਮ। ਪਰ ਇੱਕ ਹੋਰ ਥਾ ਉਸਕੇ ਸਾਥ, ਉਹ ਵੀ ਕਿੱਥੇ ਗਿਆ, ਉਹ ਦੋ ਕੁ ਦਿਨ ਕਰ ਲਿਆ ਗਿਆ, ਔਰ ਜੁਰਮਾਨੇ ਵਾਲੇ ਕੀ ਵੀ ਸਾਥ ਮਿਲ ਜਾਤੇ ਹੋਗੀ ਇਸ ਸਕੂਲ ਤੋਂ ਦੋ ਦਿਨ ਬਾਅਦ ਨਿਕਾਲਾ ਗਿਆ। 17 ਸਾਲ ਕਾ 17 ਸਾਲ ਪਿਤਾ ਕਿਆ ਖੇਤੀਬਾੜੀ? ਹਾਂ ਖੇਤੀਬਾੜੀ ਕਰਦੇ ਜੇ ਬਾਸ ਨਿਕਲੇ
क्या कुछ चाहते हैं आप सरकार से? सरकार से यही है कि उसका शव वहाँ खराब ना हो, अपना उसको यहाँ इंडिया भी भेजा जाए, जो रीति रिवाज जहाँ के हिसाब से हम अपना संस्कार करेंगे। आप देख सकते हैं तभी तो और क्या जी 14 महीने हो गए हैं, उसका शव नहीं आना चाहिए। अपने नहाने गए था दोस्त के साथ, नहाने गया था दोस्त के साथ, बस वही रह गया। क्या वर्क परमिट भी आने वाला था उसका? वर्क परमिट तो ऑन होने सी का। क्या कुछ अपील करेंगे सरकार से? मुझे ही कोदा शब्द जिस तरह भी आते हैं, हमारा बच्चे का शब्द।